ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਖਾਲਸਾ ਰਾਜ ਫੁੱਟ ਸਟੈਪਸ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਹਾਂ ਪਿੰਡ ਡਾਂਡਪੁਰ ਖਰੋਲੀਆਂ। ਡਾਂਡਪੁਰ ਖਰੋਲੀਆਂ ਦੇ ਵਿੱਚ ਮੇਰੇ ਦੋਸਤ ਮਨਜੀਤ ਸਿੰਘ ਦਿਓ ਜੀ, ਉਹਨਾਂ ਦੇ ਸਿਸਟਰਸ ਦਾ ਜਿਹੜਾ ਵਿਲੇਜ ਹੈ, ਮੈਂ ਉੱਥੇ ਆਇਆ ਹਾਂ। ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਸਰਦਾਰ ਹਰਮਾਨ ਸਿੰਘ ਦਿਓ, ਔਰ ਉਹਨਾਂ ਦੇ ਭਾਈ ਜਿਹੜੇ ਸਨ ਉਹਨਾਂ ਦਾ ਨਾਮ ਸੀ ਦੀਵਾਨ ਸਿੰਘ ਦਿਓ ਅਕਾਲੀ ਦਿਆ। ਇਹ ਅਕਾਲੀ ਜਥੇਦਾਰ ਵੀ ਸਨ, ਔਰ ਇਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ ਦਾ ਨਾਮ ਸੀ ਗੁਰਚਰਨ ਸਿੰਘ ਦਿਓ, ਔਰ ਗੁਰਚਰਨ ਸਿੰਘ ਜਿਹੜੇ ਦਿਓ ਨੇ ਉਹਨਾਂ ਦੇ ਇੱਕ ਹੋਰ ਭਾਈ ਸਨ ਜਿਨ੍ਹਾਂ ਦਾ ਨਾਮ ਸੀ ਗੁਰਬਚਨ ਸੋਰੀ ਚਾਚਾ ਸਨ ਇਹਨਾਂ ਦੇ ਦਰਸ਼ਨ ਸਿੰਘ ਦਿਓ, ਔਰ ਇੱਕ ਤਿੰਨ ਭੂਆ ਸਨ, ਭੂਆ ਜੀ ਜਿਹੜੇ ਸਨ ਉਹਨਾਂ ਦਾ ਨਾਮ ਸੀ ਤੇਜ ਕੌਰ, ਦਲੀਪ ਕੌਰ ਔਰ ਨਿਰਮਲ ਕੌਰ। ਇਹ ਘਰ ਜਿਹੜਾ ਸਾਹਮਣੇ ਦਰਵਾਜ਼ਾ ਨਜ਼ਰ ਆ ਰਿਹਾ ਇਸ ਵੇਲੇ, ਇਹ ਸੀ ਹਰਮਾਨ ਸਿੰਘ ਦਿਓ ਦਾ ਘਰ ਸੀ, ਜਿਹੜੇ ਕਿ ਕੰਟਰੈਕਟਰ ਸਨ ਬ੍ਰਿਟਿਸ਼ ਦੌਰ ਦੇ ਵਿੱਚ, ਔਰ ਇਹਨਾਂ ਨੇ ਬਹੁਤ ਖੂਬਸੂਰਤ ਆਪਣਾ ਘਰ ਬਣਾਇਆ ਸੀ। ਘਰ ਬਹੁਤ ਜ਼ਿਆਦਾ ਵੱਡਾ ਤਾਂ ਨਹੀਂ, ਲੇਕਿਨ ਘਰ ਦੂਰੋਂ ਨਜ਼ਰ ਆਉਂਦਾ ਸੀ ਔਰ ਵਿਸ਼ਾਲ ਘਰ ਸੀ। ਮੇਰੇ ਨਾਲ ਇਸ ਵੇਲੇ ਮੌਜੂਦ ਨੇ ਮਾਸਟਰ ਹਮੀਦ ਬੇਗ ਸਾਹਿਬ ਨੇ, ਇਹਨਾਂ ਨੇ ਮੈਨੂੰ ਕਲੋਜ਼ ਦੱਸੇ ਨੇ ਥੋੜ੍ਹੇ ਜਿਹੇ ਨੇ ਵੀ ਸਭ ਤੋਂ ਪੁਰਾਣਾ ਘਰ ਔਰ ਉੱਚਾ ਘਰ ਜਿਹੜਾ ਸੀ ਜਿਹਨੂੰ ਚੁਬਾਰਾ ਕਿਹਾ ਜਾਂਦਾ ਸੀ ਉਹ ਇਹੀ ਸੀ। ਇਹ ਨਿੱਕੀ ਇੱਟ ਨਾਲ ਬਣਿਆ ਹੋਇਆ ਜਿਹੜਾ ਘਰ ਹੈ ਤੁਹਾਨੂੰ ਨਜ਼ਰ ਆ ਰਿਹਾ, ਇਹੀ ਜਿਹੜਾ ਅਨਸਿਸਟਰਸ ਹਾਊਸ ਆਫ ਆ ਮਨਜੀਤ ਸਿੰਘ ਜੀ ਨੇ ਔਰ ਹਰਮਾਨ ਸਿੰਘ ਜਿਹੜੇ ਨੇ ਦਿਓ, ਉਹਨਾਂ ਦਾ ਦਿਓਆਂ ਦਾ ਘਰ ਜਿਹੜਾ ਸੀ ਉਹ ਇਹੀ ਹੈ। ਅੱਲ ਮੈਂ ਤੁਹਾਨੂੰ ਦੱਸੀਏ ਕਿ ਵੀ ਦਿਓ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਸੀ, ਦਿਓ ਇਹਨਾਂ ਨੂੰ ਕਿਹਾ ਜਾਂਦਾ ਸੀ ਇਸ ਵਾਸਤੇ ਕਿ ਦੱਸਦੇ ਨੇ ਕਿ ਇਹਨਾਂ ਦੇ ਵੱਡੇ ਜਿਹੜੇ ਸਨ ਉਹਨਾਂ ਨੇ ਇੱਕ ਦਿਓ ਮੁਆਫਿਕ ਆਦਮੀ ਦੇ ਨਾਲ ਲੜੇ ਔਰ ਉਹਨੂੰ ਮਾਰ ਦਿੱਤਾ ਸੀ, ਇਸ ਵਾਸਤੇ ਉਸ ਤੋਂ ਬਾਅਦ ਇਹਨਾਂ ਨੂੰ ਦਿਓ ਦਾ ਨਾਮ ਦਿੱਤਾ ਗਿਆ। ਅਤੇ ਦਿਓ ਇੱਧਰ ਦੀ ਸਾਡੀ ਪੰਜਾਬੀ ਲੈਂਗੁਏਜ ਦੇ ਵਿੱਚ ਜਿਨ੍ਹਾਂ ਦੇ ਪਿਓ ਨੂੰ ਕਿਹਾ ਜਾਂਦਾ, ਜਿਹੜੇ ਜਿੰਨ ਹੁੰਦੇ ਨੇ, ਚੜੇਲਾਂ ਹੁੰਦੀਆਂ, ਉਹਨਾਂ ਦੇ ਜਿਹੜੇ ਪਿਓ ਹੁੰਦੇ ਨੇ ਉਹਨਾਂ ਨੂੰ ਦਿਓ ਕਿਹਾ ਜਾਂਦਾ। ਗੱਲ ਹੋ ਰਹੀ ਸੀ ਗੁਰਚਰਨ ਸਿੰਘ ਦਿਓ ਦੀ, ਉਹਨਾਂ ਦੀ ਜਿਹੜੀ ਹੈ ਜਨਮ ਭੂਮੀ ਹੈ ਉਹ ਇਹੀ ਜਗ੍ਹਾ ਹੈ। ਦੱਸਦੇ ਨੇ ਕਿ ਵੀ ਇਸ ਚੁਬਾਰੇ ਦੇ ਉੱਤੇ, ਇਸ ਮਾੜੀ ਦੇ ਉੱਤੇ ਬੜੇ ਸੋਹਣੇ ਫੁਲਕਾਰੀਆਂ, ਬੜਾ ਸੋਹਣਾ ਲੱਕੜ ਦਾ ਕੰਮ, ਗਮਲੇ ਜਿਹੜੇ ਸਨ ਕੋਨਿਆਂ ਦੇ ਉੱਤੇ ਬੜੇ ਹੋਏ ਸੀ। ਲੋਕ ਦੂਰੋਂ ਦੂਰੋਂ ਆ ਕੇ ਇਸ ਘਰ ਨੂੰ ਆ ਕੇ ਵੇਖਦੇ ਸਨ। ਤੁਸੀਂ ਦੇਖੋ ਕਿ ਘਰ ਜਿਹੜਾ ਇਹ ਨਾਨਕਸ਼ਾਹੀ ਇੱਟ ਨਾਲ ਬਣਿਆ ਹੋਇਆ, ਇਹ ਨਾਨਕਸ਼ਾਹੀ ਇੱਟ ਹੈ ਔਰ ਜਿਹਦਾ ਮੈਂ ਅਕਸਰ ਜ਼ਿਕਰ ਕਰਦਾ ਰਹਿੰਦਾ ਵਾਂ, ਜਿਹੜੀ ਕਿ ਮੁਗਲ ਦੌਰ ਤੋਂ ਬਾਅਦ ਜਿਹੜੇ ਉਹ ਸ਼ੁਰੂ ਹੁੰਦੀ ਹੈ। ਇਹ ਦਰਮਿਆਨ ਦੇ ਵਿੱਚ ਲੱਗੀ ਹੋਈ ਬ੍ਰਿਟਿਸ਼ ਦੌਰ ਦੀ ਦੋਸੇਰੀ ਇੱਟ ਹੈ, ਔਰ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਜਿਹੜੀ ਹੈ ਨਾਨਕਸ਼ਾਹੀ ਹੈ। ਇਹਦਾ ਮਤਲਬ ਹੈ ਕਿ ਅਗਰ ਕਲੋਬਸ ਇਕੱਠੇ ਕੀਤੇ ਜਾਣ ਤਾਂ ਇਹ ਘਰ ਜਿਹੜਾ 18th century ਦੇ late 18th century ਤੋਂ ਬਾਅਦ ਜਿਹੜੇ ਘਰ ਬਣੇ ਸਨ ਕੱਚ ਚੂਨਾ ਕਰੀ ਦੇ ਨਾਲ, ਉਹ ਵਾਲੇ ਘਰ ਨੇ ਹੈ। ਮੇਰੇ ਦੋਸਤ ਇਸ ਵਕਤ ਮਨਜੀਤ ਸਿੰਘ ਦਿਓ ਜਿਹੜੇ ਨੇ ਹਾਲ ਮੁਕਾਮ USA ਕੈਲੀਫੋਰਨੀਆ 'ਚ ਹੁੰਦੇ ਨੇ। ਉਹਨਾਂ ਦੇ ਫੋਰ ਫਾਦਰਸ ਜਿਹੜੇ ਨੇ ਉਹਨਾਂ ਦੇ ਫੁੱਟ ਸਟੈਪਸ, ਔਰ ਉਹਨਾਂ ਦੇ ਭੂਆ ਜੀ ਔਰ ਉਹਨਾਂ ਦੇ ਚਾਚਾ ਜੀ ਔਰ ਦਾਦਾ ਜੀ ਜਿਹੜੇ ਨੇ ਉਹ ਇਸ ਘਰ ਦੇ ਵਿੱਚ। ਉਹ ਘਰ ਦੇਖੋ ਤੁਸੀਂ ਕਿ ਬੜੀ ਮਜ਼ੇ ਦੀ ਗੱਲ ਹੈ ਕਿ ਅੱਜ ਤੱਕ ਜਿਹੜੀਆਂ ਇਹ ਡਰੇਨ ਦੀਆਂ ਜਿਹੜੀਆਂ ਉਹ ਇੱਟਾਂ ਤੱਕ ਜਿਹੜੀਆਂ ਨੇ ਉਸ ਦੌਰ ਦੀਆਂ ਲੱਗੀਆਂ ਹੋਈਆਂ ਨੇ। ਗੱਲ ਕਰ ਰਿਹਾ ਸੀ ਫੁਲਕਾਰੀਆਂ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਬਣੀਆਂ ਹੋਈਆਂ ਸੀ ਬਹੁਤ ਖੂਬਸੂਰਤ ਤਰੀਕੇ ਨਾਲ। ਘਰ ਦੇ ਅੰਦਰ ਇਸ ਵੇਲੇ ਲੱਗਾ ਹੋਇਆ ਤਾਲਾ ਔਰ ਘਰ ਵਾਲੇ ਗਏ ਹੋਏ ਨੇ ਲਾਹੌਰ, ਅਤੇ ਇਸ ਕਰਕੇ ਘਰ ਦੇ ਅੰਦਰੋਂ ਨਹੀਂ ਦਿਖਾ ਸਕਦੇ, ਲੇਕਿਨ ਘਰ ਤਕਰੀਬਨ 2 ਕਮਰੇ ਹੀ ਬਾਕੀ ਬਚੇ ਨੇ, ਬਾਕੀ ਤਮਾਮ ਦਾ ਤਮਾਮ ਘਰ ਜਿਹੜਾ ਉਹ ਪੂਰੀ ਮੁਕੰਮਲ ਤੌਰ 'ਤੇ ਅਲੋਪ ਹੋ ਗਿਆ। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਅਨਸਿਸਟਰਸ ਹਾਊਸ ਆਫ ਸਰਦਾਰ ਮਨਜੀਤ ਸਿੰਘ, ਇਹਨਾਂ ਨੂੰ ਪਿਆਰ ਨਾਲ ਜੀਤੀ ਚੰਡੀਗੜ੍ਹੀਆ ਕਿਹਾ ਜਾਂਦਾ। ਇਹ ਫੈਮਿਲੀ ਜਿਹੜੀ ਸੀ 1947 ਤੋਂ ਪਹਿਲੇ ਇਸ ਘਰ ਦੇ ਵਿੱਚ ਆਬਾਦ ਸੀ, ਔਰ ਇੱਥੋਂ ਇਹ ਲੋਕ ਫਿਰ ਜਿਹੜੇ ਨੇ ਉਹ ਈਸਟ ਦੇ ਵਿੱਚ ਚਲੇ ਗਏ ਡਿਊ ਟੂ ਪਾਰਟੀਸ਼ਨ ਆਫ ਦਾ ਪੰਜਾਬ, ਔਰ ਉਸ ਤੋਂ ਬਾਅਦ ਫਿਰ ਇਹ ਪੂਰੀ ਫੈਮਿਲੀ ਜਿਹੜੀ ਸੀ USA ਸ਼ਿਫਟ ਹੋ ਗਈ ਹੈ। ਔਰ ਕੰਟਰੈਕਟਰ ਸਨ ਅੰਗਰੇਜ਼ ਸਰਕਾਰ ਦੇ, ਲਿਹਾਜ਼ਾ ਇਹਨਾਂ ਨੇ ਘਰ ਦਾ ਜਿਹੜਾ ਚੁਣਾਉ ਸੀ ਜਾਂ ਜਗ੍ਹਾ ਦਾ ਚੁਣਾਉ ਸੀ ਉਹ ਇਸ ਤਰੀਕੇ ਨਾਲ ਕੀਤਾ ਹੋਇਆ ਕਿ ਪਿੰਡ ਦਾ ਸਭ ਤੋਂ ਉੱਚੀ ਜਗ੍ਹਾ ਜਿਹੜੀ ਸੀ ਉਹਨੂੰ ਚੁਣਿਆ ਗਿਆ ਸੀ ਘਰ ਵਾਸਤੇ।
ਔਰ ਪਿੰਡ ਦਾ ਮਰਕਜ਼ ਹੈ। ਇਹ ਸਭ ਤੋਂ ਵੱਡੀ ਗੱਲ ਹੈ। ਮੈਨੂੰ ਦੱਸਿਆ ਸੀ ਵੀਰ ਜੀ ਨੇ ਕਿ ਵੀ ਘਰ ਦਾ ਜਿਹੜਾ ਪਿੰਡ ਦਾ ਜਿਹੜਾ ਉਹ ਮਰਕਜ਼ ਸੀ ਔਰ ਉੱਚਾ ਸੀ। ਇਹ ਲੌਕ ਲੱਗਾ ਹੋਇਆ ਹੈ ਕਿਉਂਕਿ ਘਰ ਵਾਲੇ ਗਏ ਹੋਏ ਨੇ ਲਾਹੌਰ। ਮੈਂ ਹਾਂ ਤੁਹਾਡਾ ਆਪਣਾ ਹੋਸ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਇਹਨਾਂ ਦੇ ਹੀ ਘਰੋਂ ਪੁਰਖਾਂ ਤੋਂ ਕੋਈ ਗੱਲ ਪਤਾ ਚੱਲਦੀ ਹੈ ਕਿ ਤਿੰਨ ਸਿਸਟਰਸ ਜਿਹੜੀਆਂ ਸਨ ਉਹਨਾਂ ਦੇ ਘਰ ਜਿਹੜੀ ਵੀ ਔਲਾਦ ਹੁੰਦੀ ਸੀ ਉਹਨਾਂ ਦੀ ਹੋ ਜਾਂਦੀ ਸੀ ਡੈਥ, ਉਹਨਾਂ ਦੀ ਹੋ ਜਾਂਦੀ ਸੀ ਡੈਥ। ਔਰ ਜਿਸ ਵੇਲੇ ਜਿਹੜੀ ਆਇਆ ਸੀ ਜਾਂ ਜਿਹੜੀ ਪਿੰਡ ਦੀ ਦਾਈ ਸੀ, ਜਿਹੜੀ ਪਿੰਡ ਦੀ ਦਾਈ ਸੀ ਉਹਦਾ ਹੀ ਦੁੱਧ ਪੀ ਕੇ ਇਹਨਾਂ ਦੇ ਵੱਡੇ ਜਿਹੜੇ ਸਨ ਉਹ ਪੁਰਖ ਜਿਹੜੇ ਸਨ ਉਹ ਬਚ ਗਏ, ਕਿਉਂਕਿ ਤਿੰਨ ਜਿਹੜੇ ਸਨ ਤਿੰਨ ਭੈਣਾਂ ਦੀ ਕੋਈ ਔਲਾਦ ਨਹੀਂ ਸੀ ਬਚਦੀ। ਔਰ ਇਹਨਾਂ ਦਾਈ ਦੀ ਹੀ ਜਿਹੜਾ ਦੁੱਧ ਪੀ ਕੇ ਉਹ ਵੱਡੇ ਹੋਏ ਅਤੇ ਕਾਫੀ ਦੇਰ ਤੱਕ ਉਹਨਾਂ ਨੂੰ ਯਾਦ ਕਰਦੇ ਰਹੇ। ਸ਼ਾਇਦ ਇਸੇ ਲਈ ਇਸ ਮਿੱਟੀ ਦੀ ਜਿਹੜੀ ਔਰ ਇਸ ਪਿੰਡ ਦੀ ਖਿੱਚ ਜਿਹੜੀ ਹੈ ਉਹਨਾਂ ਦੀ ਥਰਡ ਜਨਰੇਸ਼ਨ ਦੇ ਵਿੱਚ ਵੀ ਪਾਈ ਜਾ ਰਹੀ ਹੈ। ਫਿਰ ਉਸ ਤੋਂ ਬਾਅਦ ਮਨਜੀਤ ਵੀਰ ਜੀ ਦੇ ਬ੍ਰਦਰ ਇਨ ਲਾਅ ਜਿਹੜੇ ਨੇ ਉਹ ਆਏ ਸੀ ਪਾਕਿਸਤਾਨ, ਔਰ ਪਾਕਿਸਤਾਨ ਤੋਂ ਆ ਕੇ ਇਸ ਪਿੰਡ ਦੀ ਜਿਹੜੀ ਮਿੱਟੀ ਹੈ ਉਹ ਲੈ ਕੇ ਗਏ ਸੀ। ਔਰ ਕਿਉਂਕਿ ਇੰਨੀਆਂ ਗੱਲਾਂ ਸੁਣੀਆਂ ਸੀ ਆਪਣੇ ਪੁਰਖਾਂ ਕੋਲੋਂ, ਦਿਨ ਰਾਤ ਗੱਲਾਂ ਕਰਦੇ ਸੀ ਪਾਕਿਸਤਾਨ ਦੇ ਇਸ ਹਿੱਸੇ ਦੀਆਂ ਔਰ ਡਿਸਟ੍ਰਿਕਟ ਸਿਆਲਕੋਟ ਦੀਆਂ, ਕਿ ਉਹ ਬੱਚੇ ਜਿਹੜੇ ਸਨ ਉਹਨਾਂ ਨੂੰ ਇਹ ਸੁਣਨਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਆਖਰ ਇਸ ਮਿੱਟੀ ਦੀ ਕੀ ਖਾਸੀਅਤ ਹੈ। ਅਤੇ ਉਹਨਾਂ ਨੇ ਫਿਰ ਆਪਣੇ ਜਿਹੜੇ ਬ੍ਰਦਰ ਇਨ ਲਾਅ ਨੇ ਉਹਨਾਂ ਕੋਲੋਂ ਇੱਥੇ ਦੀ ਮਿੱਟੀ ਮੰਗਵਾਈ, ਔਰ ਹੁਣ ਵੀ ਉਹ ਮਿੱਟੀ ਜਿਹੜੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਉਹਨਾਂ ਦੇ ਘਰ ਜਿਹੜਾ ਉਹਨਾਂ ਦਾ ਘਰ ਹੈ ਉਹਦੇ ਅੰਦਰ ਆਪਣੇ ਪਿਤਾ ਜੀ ਦੀ ਤਸਵੀਰ ਦੇ ਅੱਗੇ ਉਹਨਾਂ ਨੇ ਉਹ ਮਿੱਟੀ ਜਿਹੜੀ ਹੈ ਪਿੰਡ ਡੰਡਪੁਰ ਖਰੋੜੀਆਂ ਦੀ ਰੱਖੀ ਹੋਈ ਹੈ। ਗੱਲ ਆ ਜਾਂਦੀ ਹੈ ਫਿਰ ਉਹੀ ਕਿ ਧਰਤੀ ਮਾਂ ਦਾ ਪਿਆਰ, ਮਿੱਟੀ ਦਾ ਪਿਆਰ ਜਿਹੜਾ ਉਹ ਬੜਾ ਅਨਮੁੱਲਾ ਜਿਹਾ ਹੁੰਦਾ, ਬੜਾ ਅਨੋਖਾ ਜਿਹਾ ਹੁੰਦਾ। ਚਾਹੇ ਕੋਈ ਵੀ ਹੋਏ, ਜਿਹੜੀ ਉਹਦੀ ਜਨਮ ਭੂਮੀ ਹੁੰਦੀ ਹੈ ਉਹ ਕਦੀ ਵੀ ਉਹਨੂੰ ਨਹੀਂ ਭੁੱਲ ਪਾਉਂਦਾ। ਇਸੇ ਤਰ੍ਹਾਂ ਹੀ ਇਹ ਥਰਡ ਜਨਰੇਸ਼ਨ 1947 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜਿਹੜਾ 2016 ਆ ਗਿਆ, 69 ਈਅਰਸ ਹੋ ਗਏ ਪਾਕਿਸਤਾਨ ਨੂੰ ਬਣੇ ਹੋਏ ਔਰ ਪੰਜਾਬ ਦੀ ਵੰਡ ਪਏ ਨੂੰ, ਲੇਕਿਨ ਉਹਦੇ ਬਾਵਜੂਦ ਵੀ ਫਿਰ ਵੀ ਥਰਡ ਜਨਰੇਸ਼ਨ ਦੇ ਵਿੱਚ ਵੀ ਇੰਨਾ ਪਿਆਰ ਹੈ ਆਪਣੀ ਮਿੱਟੀ ਵਾਸਤੇ ਕਿ ਉਹ ਆਪਣੇ ਘਰ ਦੀ ਇੱਕ ਝਲਕ ਵੇਖਣਾ ਚਾਹੁੰਦੇ ਨੇ, ਆਪਣੇ ਘਰ ਨੂੰ ਇੱਕ ਵਾਰੀ ਦੇਖਣਾ ਚਾਹੁੰਦੇ ਨੇ ਔਰ ਮਹਿਸੂਸ ਕਰਨਾ ਚਾਹੁੰਦੇ ਨੇ। ਲੇਕਿਨ ਹੁਣ ਇਸ ਵੇਲੇ ਜਿਹੜਾ ਘਰਾਂ ਦੀ ਹਾਲਤ ਇਸ ਤਰੀਕੇ ਨਾਲ ਬੁਰੇ ਤਰੀਕੇ ਨਾਲ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਕਿ ਵੀ ਉਹਨਾਂ ਦਾ ਬੰਦਾ ਕੀ ਦਿਖਾਏ, ਕਿਉਂਕਿ ਮਾਡਰਨਾਈਜੇਸ਼ਨ ਅਰਬਨਾਈਜੇਸ਼ਨ ਜਿਹੜੀ ਹੈ ਪੁਰਾਣੀ ਹਿਸਟਰੀ ਨੂੰ ਆਹਿਸਤਾ ਆਹਿਸਤਾ ਜਿਹੜੀ ਹੈ ਉਹ ਖਾਂਦੀ ਜਾ ਰਹੀ ਹੈ। ਮੈਂ ਫਿਰ ਤੁਹਾਨੂੰ ਦਿਖਾਵਾਂਗਾ ਕਿਸੇ ਹੋਰ ਘਰ ਦੇ ਕਲੋਸ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਬਾਰੇ। ਔਰ ਇਹ ਦੇਖੋ ਤੁਸੀਂ ਘਰ ਜਿਹੜਾ ਇਸ ਜਗ੍ਹਾ ਤੋਂ ਸ਼ੁਰੂ ਹੁੰਦਾ ਔਰ ਟੁਰਦਾ ਟੁਰਦਾ ਇਹ ਦੇਖੋ ਕੁਛ ਹਿੱਸਾ ਇੱਥੋਂ ਬਚਿਆ, ਕੁਛ ਹਿੱਸਾ ਇਸ ਜਗ੍ਹਾ ਤੋਂ ਬਚਿਆ, ਔਰ ਫਿਰ ਉਸ ਤੋਂ ਬਾਅਦ ਇਹ ਨਵੀਂ ਵਿੱਚ ਅਰਬਨਾਈਜੇਸ਼ਨ ਹੋ ਜਾਂਦੀ ਹੈ ਔਰ ਅੱਗੋਂ ਫਿਰ ਜਿਹੜਾ ਉਹ ਪੁਰਾਣਾ ਸਟਰਕਚਰ ਜਿਹੜਾ ਫਿਰ ਅੱਗੋਂ ਉਹ ਸ਼ੁਰੂ ਹੋ ਜਾਂਦਾ। ਤਾਂ ਵੇਖਦੇ ਰਹੋ ਫਿਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।